YouTube ਦੇ ਲਈ ਨਵਾਂ ਅਪਡੇਟ ਆਇਆ ਹੈ ਨਵਾਂ ਅਪਡੇਟ ਕੀ ਹੈ ਜਲਦੀ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ YouTube ਚਲਾਉਣ ਵਾਲਿਆਂ ਨੂੰ ਇੱਕ ਨਵਾਂ ਨੋਟੀਫਿਕੇਸ਼ਨ ਆਇਆ ਹੈ ਉਸ ਨੋਟੀਫਿਕੇਸ਼ਨ ਨੂੰ ਆਨ ਕਿਵੇਂ ਕਰਨਾ ਹੈ ਉਹ ਤੁਹਾਨੂੰ ਸਾਰਾ ਕੁਝ ਦੱਸਾਂਗੇ ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ YouTube ਖੋਲਣ ਦੇ ਲਈ ਕ੍ਰੋਮਾ ਕੀ ਦੇ ਵਿੱਚ ਜਾਣਾ ਪਵੇਗਾ Google ਦੇ ਵਿੱਚ ਆਪਣਾ YouTube ਅਕਾਊਂਟ ਖੋਲਣਾ ਪਵੇਗਾ ਤੇ ਡੈਸਕਟਾਪ ਮੋਡ ਤੇ ਜਾ ਕੇ ਜੇਕਰ ਤੁਸੀਂ ਮੋਬਾਈਲ ਦੇ ਵਿੱਚ ਖੁੱਲ ਰਹੇ ਹੋ ਤਾਂ ਡੈਸਕਟਾਪ ਮੋਡ ਨੂੰ ਆਨ ਕਰਕੇ ਇਸ ਨੂੰ ਖੁੱਲਣਾ ਪਵੇਗਾ ਤਾਂ ਡੈਸ਼ਬੋਰਡ ਤੇ ਸਭ ਤੋਂ ਪਹਿਲਾਂ ਹੀ ਤੁਹਾਨੂੰ ਸਾਈਡ ਤੇ ਨਿਊਜ਼ ਵਾਲਾ ਆਪਸ਼ਨ ਦਿਖਾਈ ਦੇ ਰਿਹਾ ਹੋਣਾ ਤੇ ਥੱਲੇ ਇਸ ਨੂੰ ਟਰਨ ਆਨ ਕਰਨ ਦੇ ਲਈ ਵੀ ਜਿਹੜਾ ਲਿਖਿਆ ਹੋਵੇਗਾ ਦਰਅਸਲ ਦੇ ਵਿੱਚ ਇਹ ਜਿਹੜਾ ਨਿਊਜ਼ ਵਾਲਾ ਆਪਸ਼ਨ ਹੈ ਇਸ ਨੂੰ ਟਰਨ ਆਨ ਕਰਨਾ YouTube ਚਲਾਉਣ ਵਾਲਿਆਂ ਲਈ ਸਭ ਤੋਂ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਇਸ ਨੂੰ ਆਨ ਨਹੀਂ ਕਰਦੇ ਤੁਸੀਂ ਬਹੁਤ ਵੱਡੇ ਖਤਰੇ ਦੇ ਵਿੱਚ ਪੈ ਸਕਦੇ ਹੋ। ਇਹਦੇ ਵਿੱਚ ਕੀ ਲਿਖਿਆ ਇਸ ਨੂੰ ਤੁਹਾਨੂੰ ਖੋਲ ਕੇ ਦਿਖਾਉਣਾ ਹੈ। ਇਹਦੇ ਵਿੱਚ ਚਾਰ ਆਪਸ਼ਨ ਆਉਂਦੀਆਂ ਨੇ। ਜੇਕਰ ਤੁਸੀਂ ਬ੍ਰਾਊਜ਼ਰ ਦੇ ਵਿੱਚ ਕੋਈ ਵੀ ਚੀਜ਼ ਚਲਾਉਨੇ ਹੋ, ਚਾਹੇ ਬ੍ਰਾਊਜ਼ਰ ਦੇ ਵਿੱਚ ਕੋਈ ਸਾਈਟ ਖੋਲਦੇ ਹੋ ਤੇ ਉਹ ਸਾਈਟ ਖੁੱਲੀ ਰਹਿ ਜਾਂਦੀ ਹੈ ਤਾਂ ਤੁਹਾਡਾ ਅਕਾਊਂਟ ਸੇਫ ਨਹੀਂ ਰਹੇਗਾ। ਇਸ ਲਈ ਆਪਣੇ ਅਕਾਊਂਟ ਦੀ ਸੇਫਟੀ ਦੇ ਲਈ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਇਸ ਨੂੰ ਆਨ ਕਰਨਾ ਜ਼ਰੂਰੀ ਹੈ ਇਸ ਦੇ ਵਿੱਚ ਕਈ ਆਪਸ਼ਨ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਸਾਰੀਆਂ ਚੀਜ਼ਾਂ ਪੜ੍ਹ ਵੀ ਸਕਦੇ ਹੋ ਇਸ ਤੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇਕਰ ਬ੍ਰਾਊਜ਼ਰ ਦੇ ਵਿੱਚ ਕੋਈ ਵੀ ਚੀਜ਼ ਕੋਈ ਵੀ ਸਾਈਟ ਤੁਸੀਂ ਖੋਲਦੇ ਹੋ ਤਾਂ ਤੁਹਾਡੇ ਅਕਾਊਂਟ ਤੇ ਇਸ ਦਾ ਅਸਰ ਪੈ ਸਕਦਾ ਹੈ ਜਾਂ ਤੁਹਾਡਾ ਅਕਾਊਂਟ ਹੈਂਗ ਹੋਣ ਦਾ ਵੀ ਇਹਦੇ ਵਿੱਚ ਆਪਾਂ ਕਹਿ ਸਕਦੇ ਹੋਂ ਸਕਦਾ ਹੈ ਇਸ ਦੇ ਲਈ ਤੁਹਾਨੂੰ ਇਸ ਨੂੰ ਆਨ ਕਰਨਾ ਬਹੁਤ ਜ਼ਰੂਰੀ ਹੋਵੇਗਾ ਆਨ ਕਰਨ ਦੇ ਲਈ ਇਸ ਦੇ ਉੱਪਰ ਕਲਿੱਕ ਕਰੋ ਤੇ ਇਸ ਨੂੰ ਆਨ ਕਰੋ ਤੇ ਇੱਕ ਗੱਲ ਹੋਰ ਹੈ ਜੇਕਰ ਤੁਸੀਂ ਆਨ ਕਰਕੇ ਇਸ ਨੂੰ ਦੁਬਾਰਾ ਆਫ ਕਰ ਦਿੰਦੇ ਹੋ ਉਸ ਤੋਂ ਬਾਅਦ ਤੁਹਾਡੇ ਅਕਾਊਂਟ ਦੀ ਕੋਈ ਵੀ ਸਕਿਉਰਿਟੀ ਨਹੀਂ ਰਹੇਗੀ ਸੋ ਇਸ ਕਰਕੇ ਇਸ ਨੂੰ ਆਫ ਬਿਲਕੁਲ ਨਾ ਕਰੋ ਇਸ ਨੂੰ ਆਨ ਹੀ ਰਹਿਣ ਦਿਓ ਇਹ ਇੱਕ ਨਵਾਂ ਨੋਟੀਫਿਕੇਸ਼ਨ ਤੁਹਾਡੇ YouTube ਤੇ ਤੁਹਾਨੂੰ ਮਿਲ ਚੁੱਕਿਆ ਹੋਣਾ Chrome ਦੇ ਵਿੱਚ ਜਾ ਕੇ ਇਸ ਨੂੰ ਸਾਰੇ ਜਣੇ ਆਨ ਕਰ ਲਓ YouTube ਸੰਬੰਧੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ